ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅਤੇ ਜਿਨ੍ਹਾਂ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਘੰਟੀ ਦੇ ਬਟਨ 'ਤੇ ਕਲਿੱਕ ਕਰਕੇ ਨੋਟੀਫਿਕੇਸ਼ਨ ਨੂੰ ਔਨ ਕਰ ਲੈਣ ਤਾਂ ਜੋ ਸਾਡੀ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਅਤੇ ਹੁਣ ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ BMW 530D 2009 ਮਾਡਲ ਡੀਜ਼ਲ ਵੇਰੀਐਂਟ ਗੱਡੀ ਆ, ਥਰਡ ਓਨਰ ਆ ਅਤੇ 1 ਲੱਖ ਕਿਲੋਮੀਟਰ ਗੱਡੀ ਚੱਲੀ ਹੋਈ ਆ ਅਤੇ ਟਾਇਰਾਂ ਦੀ ਕੰਡੀਸ਼ਨ 70% ਅਤੇ ਅਲਾਈ ਵੀਲ ਗੱਡੀ ਨੂੰ ਲੱਗੇ ਹੋਏ ਨੇ, ਏਸੀ ਹੀਟਰ ਵਰਕਿੰਗ ਆ ਅਤੇ ਨੋਨ ਐਕਸੀਡੈਂਟਲ ਗੱਡੀ ਆ, ਮਾਈਨਰ ਟੱਚਿੰਗ ਅਤੇ ਓਰੀਜਨਲ ਰੰਗ ਪੇਂਟ ਆ, ਸਾਫ਼ ਸੁਥਰਾ ਕਲੀਨ ਇੰਟੀਰੀਅਰ ਆ ਅਤੇ ਇੰਜਨ ਗੇਅਰ ਸਮੂਥ ਵਰਕ ਕਰਦੇ ਆ, ਕੋਈ ਵੀ ਐਕਸਟਰਾ ਆਵਾਜ਼ ਨਹੀਂ ਹੈਗੀ ਅਤੇ ਕੋਈ ਲੀਕੇਜ ਨਹੀਂ, ਸਾਰੇ ਫੀਚਰ ਗੱਡੀ ਦੇ ਵਰਕਿੰਗ ਆ, ਚੰਡੀਗੜ੍ਹ ਨੰਬਰ ਗੱਡੀ ਆ ਅਤੇ NOC ਮਾਲਕ ਵੀ ਲੈ ਕੇ ਦੇਣਗੇ ਅਤੇ ਸਾਰੇ ਡਾਕੂਮੈਂਟ ਗੱਡੀ ਦੇ ਕੰਪਲੀਟ ਆ, ਵਧੀਆ ਸਾਫ਼ ਸੁਥਰੀ ਵੈਲ ਮੇਨਟੇਨ ਗੱਡੀ ਆ ਅਤੇ ਗੱਡੀ ਦਾ ਰੇਟ 2,60,000 ਰੁਪਇਆ ਡਿਮਾਂਡ ਅਤੇ ਮਾਲਕ ਵੀਰ ਦਾ ਨੰਬਰ ਸਕਰੀਨ 'ਤੇ ਸ਼ੋ ਹੋ ਰਿਹਾ ਹੈ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਅਤੇ ਨਾਲ ਹੀ ਗੱਡੀ ਖਰੀਦਣ ਤੋਂ ਪਹਿਲਾਂ ਟੈਸਟ ਡਰਾਈਵ ਅਤੇ ਪੇਪਰ ਵਗੈਰਾ ਜ਼ਰੂਰ ਵੈਰੀਫਾਈ ਕਰ ਲਿਓ। ਥੈਂਕ ਯੂ। ਹੁਣ ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ ਮਹਿੰਦਰਾ ਥਾਰ 2020 ਮਾਡਲ ਡੀਜ਼ਲ ਵੇਰੀਐਂਟ ਗੱਡੀ ਆ, ਥਰਡ ਓਨਰ ਆ ਅਤੇ 44,000 ਕਿਲੋਮੀਟਰ ਗੱਡੀ ਚੱਲੀ ਹੋਈ ਆ ਵਿਦ ਸਰਵਿਸ ਰਿਕਾਰਡ ਅਤੇ ਟਾਇਰਾਂ ਦੀ ਕੰਡੀਸ਼ਨ 80% ਅਤੇ ਅਲਾਈ ਵੀਲ ਗੱਡੀ ਨੂੰ ਲੱਗੇ ਹੋਏ ਨੇ, ਏਸੀ ਹੀਟਰ ਵਰਕਿੰਗ ਆ ਅਤੇ ਨੋਨ ਐਕਸੀਡੈਂਟਲ ਗੱਡੀ ਆ, ਮਾਈਨਰ ਟੱਚਿੰਗ ਅਤੇ ਓਰੀਜਨਲ ਰੰਗ ਪੇਂਟ ਆ, ਸਾਫ਼ ਸੁਥਰਾ ਕਲੀਨ ਇੰਟੀਰੀਅਰ ਆ ਅਤੇ ਸੀਲਡ ਇੰਜਨ ਗੇਅਰ, ਕੋਈ ਵੀ ਐਕਸਟਰਾ ਆਵਾਜ਼ ਨਹੀਂ ਹੈਗੀ ਅਤੇ ਕੋਈ ਲੀਕੇਜ ਨਹੀਂ, ਸਾਰੇ ਫੀਚਰ ਗੱਡੀ ਦੇ ਵਰਕਿੰਗ ਆ, UP ਨੰਬਰ ਗੱਡੀ ਆ ਅਤੇ NOC ਮਾਲਕ ਵੀ ਲੈ ਕੇ ਦੇਣਗੇ ਅਤੇ ਸਾਰੇ ਡਾਕੂਮੈਂਟ ਗੱਡੀ ਦੇ ਕੰਪਲੀਟ ਆ, ਵਧੀਆ ਸਾਫ਼ ਸੁਥਰੀ ਵੈਲ ਮੇਨਟੇਨ ਗੱਡੀ ਆ ਅਤੇ ਗੱਡੀ ਦਾ ਰੇਟ 9 ਲੱਖ ਰੁਪਇਆ ਡਿਮਾਂਡ ਅਤੇ ਮਾਲਕ ਵੀਰ ਦਾ ਨੰਬਰ ਸਕਰੀਨ 'ਤੇ ਸ਼ੋ ਹੋ ਰਿਹਾ ਹੈ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਅਤੇ ਨਾਲ ਹੀ ਗੱਡੀ ਖਰੀਦਣ ਤੋਂ ਪਹਿਲਾਂ ਟੈਸਟ ਡਰਾਈਵ ਅਤੇ ਪੇਪਰ ਵਗੈਰਾ ਜ਼ਰੂਰ ਵੈਰੀਫਾਈ ਕਰ ਲਿਓ। ਅਤੇ ਵੀਡੀਓ ਦੇ ਵਿੱਚ ਦੱਸੇ ਹੋਏ ਰੇਟ ਮਾਲਕ ਵੀਰਾਂ ਵੱਲੋਂ ਰੱਖੀ ਹੋਈ ਇੱਕ ਡਿਮਾਂਡ ਹੁੰਦੀ ਆ, ਕੋਈ ਵੀ ਰੇਟ ਫਿਕਸ ਨਹੀਂ ਹੁੰਦਾ, ਤੁਸੀਂ ਮਾਲਕ ਵੀਰ ਨਾਲ ਫੋਨ 'ਤੇ ਕੋਂਟੈਕਟ ਕਰਕੇ ਰੇਟ ਨੂੰ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਸੈੱਟ ਕਰ ਸਕਦੇ ਹੋ। ਥੈਂਕ ਯੂ।